ये तो पहुंच गया खाली बांड। ਕਿਵੇਂ ਬਾਈ ਕਿਆ ਕੀ ਹਾਲ ਆ? ਵਧੀਆ ਬਾਈ, ਤੇਰੇ ਕੋਲੇ ਕੰਮ ਹੈ ਸਾਡੇ ਯਾਰ? ਹਾਂ ਹਾਂ ਬੋਲ। ਸਾਡੀ ਹੈਗੀ ਗਾਂ ਬਿਮਾਰ, ਕੱਖਾਂ ਦੀ ਪੰਡ ਦੇ ਦੇਖ ਯਾਰ। ਅੱਖਾਂ ਤਾਂ ਯਾਰ ਔਖਾ, ਕੱਖ ਤਾਂ ਥੋੜ੍ਹੀ ਆ, ਕੱਖ ਹੈ ਨਹੀਂ ਆਪਣੇ ਇੱਥੇ। ਬਾਈ ਦੇ ਦੇ ਯਾਰ, ਬੜਾ ਜ਼ਰੂਰੀ ਆ। ਉਹ ਹੈ ਹੀ ਨਹੀਂ ਖਸਮਾ, ਕਿਤੇ ਕੱਖ ਦੀ ਨਹੀਂ ਤੈਨੂੰ, ਆਹ ਥੋੜ੍ਹੇ ਆ ਬਸ, 10-15 ਦਿਨ ਮਸਾਂ ਕੱਟਣਗੇ। ਚੱਲ ਠੀਕ ਆ ਬਾਈ। ਹੋਰ ਫਿਰ ਤੂੜੀ ਤਾੜੀ ਸਾਂਭਤੀ ਸਾਰੀ? ਹਾਂ ਹਾਂ, ਉਹ ਦੋ ਢਾਈ ਕਨਾਲਾਂ ਰਹਿ ਗਈਆਂ ਯਾਰ। ਉਹ ਬਾਪੂ ਕਹਿੰਦਾ ਉੱਥੇ ਸਿੱਟ ਰਹੇ ਆ ਗਊਸ਼ਾਲਾ 'ਚ, ਅਤੇ ਨਾਲੇ ਪੁੰਨ ਹੋ ਜੀ ਕਹਿੰਦਾ। ਉਹ ਨਹੀਂ ਬੁਲਾਉਂਦੇ ਆਪ ਹੈ ਗਊਸ਼ਾਲਾ, ਸਿੱਟ ਕੇ ਆਉਂਗੇ। ਹਾਂ ਨਾਲੇ ਕਹਿੰਦਾ ਪੁੰਨ ਹੋ ਜੀ, ਚੱਲ ਬਾਕੀ ਠੀਕ ਆ ਬਾਪੂ ਦੀ ਗੱਲ ਵੀ। ਚਲੋ ਮਰਜ਼ੀ ਹੈ ਯਾਰ ਆਪਦੇ ਆਪ ਦੀ। ਹੋਰ ਹੋਰ ਕਣਕ ਕੁਣਕ ਪਾਤੀ ਢੋਲਾਂ 'ਚ? ਢੋਲਾਂ 'ਚ ਕਿਹੜਾ ਪਾਤੀ ਯਾਰ, ਉੱਥੇ ਬਸ ਹੁਣ ਮੰਡੀ ਲੈ ਕੇ ਆਉਣੀ। ਅੱਛਾ ਚਲੋ ਭਾਈ ਬੰਟੀ ਤੋਂ ਕੱਖ ਪੁੱਛੇ ਸੀ, ਉਹਨੇ ਜਵਾਬ ਦੇ ਤਾ, ਕਹਿੰਦਾ ਕਿੱਥੇ ਕੱਖ ਯਾਰ। ਅੱਛਾ ਯਾਰ, ਮੈਨੂੰ ਕਹਿੰਦਾ ਟਰਾਲੀ ਤੂੜੀ ਸਿੱਟ ਕੇ ਆਉਣੀ ਆ ਗਊਸ਼ਾਲਾ 'ਚ, ਪੁੰਨ ਹੁੰਦਾ ਜੇ ਤੈਨੂੰ ਦੇ ਦਿੰਦਾ ਪੰਡ, ਯਾਰ ਇਹ ਕਿਹੜਾ ਪਾਪ ਸੀ। ਮੈਨੂੰ ਯਾਰ ਕੋਰਾ ਜਵਾਬ ਦੇ ਤਾ ਉਹਨੇ। ਚੱਲ ਕੋਈ ਨੀ, ਚੱਲ ਐਂ ਕਰ ਯਾਰ, ਤੇਰੀ ਗਾਂ ਬਿਮਾਰ ਹੈ, ਮੇਰੇ ਵੱਢ ਲਾ ਪੰਡ ਯਾਰ। ਧੰਨਵਾਦ ਯਾਰ, ਕੋਈ ਗੱਲ ਨਹੀਂ, ਕੋਈ ਗੱਲ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਮਾਲਵਾ BCR ਚੈਨਲ 'ਤੇ। 500 ਸਬਸਕ੍ਰਾਈਬ ਜਿਹੜੇ ਉਹ ਪੂਰੇ ਹੋ ਗਏ ਬਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਖੁਸ਼ੀ ਹੈ ਬਾਈ ਇਹਨਾਂ ਸਬਸਕ੍ਰਾਈਬ ਦੀ। ਆਪਣੇ ਚੈਨਲ ਬਾਈ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ ਬਾਈ। ਇੱਕ ਦੁੱਖਾਂ ਦੀ ਪਾਂਡੀ ਦੇ ਯਾਰ, ਮੈਂ ਕੀ ਕਹਿੰਦਾ ਕਿਵੇਂ ਆ ਬਾਈ? ਹੋਰ ਕੀ ਹਾਲ ਆ? ਵਧੀਆ, ਤੇਰੇ ਕੋਲ ਕੰਮ ਹੈ ਯਾਰ? ਹਾਂ ਹਾਂ ਦੱਸ। ਤੁਹਾਡੀ ਗਾਂ ਬਿਮਾਰ ਆ, ਇੱਕ ਪੰਡਾਂ ਦੀ ਕੱਖ ਹੀ ਦੇ ਦੇ ਯਾਰ। ਕਿਵੇਂ ਮੂੰਹ ਜਿਹਾ ਸਿੱਟੀ ਆਉਣਾ ਹੈ? ਤਾਂ ਬੰਟੀ ਤੋਂ ਕੱਖ ਪੁੱਛੇ ਸੀ ਯਾਰ। ਇਹਦਾ ਲਾ ਦੇ।